ਜੀ ਸਤਿ ਸ੍ਰੀ ਅਕਾਲ ਸ਼ਾਮ ਦਾ ਟਾਈਮ ਹੋ ਗਿਆ ਜੀ ਤੇ ਦੀਵਾਲੀ ਦਾ ਅੱਜ ਦਿਨ ਆ ਤੇ ਪਹਿਲਾਂ ਅਸੀਂ ਬਣਾਉਣੇ ਆ ਪਕੌੜੇ ਤੇ ਫਿਰ ਅਸੀਂ ਬਣਾਵਾਂਗੇ ਬ੍ਰੈਡ ਪਕੌੜਾ ਪਕੌੜੇ ਮੰਮੀ ਕਾਹਦੇ ਬਣਾਉਣੇ ਆ ਜੀ ਪਕੌੜੇ ਕੁੰਬੀ ਦੇ ਪਾਲਕ ਦੇ ਡੈਡੀ ਜੀ ਤੇ ਚਾਚਾ ਜੀ ਖੇਤ ਤੋਂ ਵਾਪਸ ਆ ਗਏ ਡੈਡੀ ਜੀ ਕਿਵੇਂ ਅੱਜ ਖੇਤ ਕਾਹਤੋਂ ਗਏ ਸੀਗੇ ਜੀ ਅੱਜ ਪੁੱਤਰਾ ਦੀਵਾਲੀ ਆ ਦੀਵੇ ਲਾਉਣ ਗਏ ਸੀਗੇ ਮੋਟਰ ਅੱਛਾ ਡੈਡੀ ਜੀ ਖੋਖਰਾ ਵੀ ਲਾਇਆ ਹੰਦੇ ਤੇ ਉਹਰੇ ਪਿੰਡ ਵੀ ਲਾ ਕੇ ਆਏ ਆ ਇਹ ਵੀ ਡੈਡੀ ਜੀ ਨਾ ਕਿਸੇ ਕਿਸੇ ਪਿੰਡ ਦਾ ਕਿਸੇ ਕਿਸੇ ਦੇ ਘਰ ਦਾ ਰਿਵਾਜ ਹੁੰਦਾ ਜਿਹੜੇ ਖੇਤ ਲਾ ਕੇ ਆਉਂਦੇ ਆ ਜ਼ਿਆਦਾਤਰ ਲੋਕ ਵੈਸੇ ਲਾ ਕੇ ਆਉਂਦੇ ਹੁੰਦੇ ਆ ਸਾਡੇ ਉਰੇ ਸਾਰੇ ਲੋਕ ਲਾਉਂਦੇ ਨੇ ਜਿੰਨੇ ਮੇਰੀ ਰਿਸ਼ਤੇਦਾਰੀਆਂ ਨੇ ਆਪਣੇ ਸਾਡੀਆਂ ਪਹਿਲਾਂ ਡੈਡੀ ਜੀ ਅਸੀਂ ਵੀ ਲਾਉਂਦੇ ਹੁੰਦੇ ਸੀ ਹੁਣ ਸਾਡੇ ਘਰ ਦੇ ਨੇ ਬੰਦ ਕਰਤੇ ਇੱਕ ਸਾਲ ਤੇਰਾ ਚਾਚਾ ਤੇਰਾ ਡੈਡੀ ਆਪਣੇ ਇੱਥੇ ਉਹਦੇ ਧਰਮਸ਼ਾਲਾ ਮੂਰੇ ਕਿੱਕਰ ਥਾਂ ਸੀਗਾ ਉੱਥੇ ਕਿੱਕਰ ਸੀਗੀ ਦੇਸੀ ਟੇਟੀ ਜਿਹੀ ਅੱਧਕ ਸੁੱਕੀ ਜਿਹੀ ਇਹ ਭਾਈ ਮੋਮਬੱਤੀ ਲਾਏ ਆ ਉਹ ਸਾਰੀ ਰਾਤ ਮੈਂ ਜਾ ਮੱਗਦੀ ਰਹੀ ਗੋਇਆ ਆਪਣੇ ਬਾਦੀ ਹੁੰਦੀ ਸੀ ਉਹ ਸੱਟਿਆ ਹੁੰਦਾ ਸੀ ਹਾਂਜੀ ਉਹ ਕਿੱਕਰ ਤੇ ਲਾਇਆ ਆ ਕਿੱਕਰ ਸੜ ਗਈ ਸੀ ਸਾਰੇ ਕਿੱਕਰ ਸੜ ਗਏ ਅੱਛਾ ਨਾਲੇ ਮੈਂ ਤੁਹਾਨੂੰ ਹੋਰ ਦੱਸਣੀ ਹੈ ਗੱਲ ਵੀ ਜਿੰਨੇ ਵੀ ਬਨੇਰੇ ਨੇ ਰੰਗ ਕਰਨ ਵਾਲੀ ਆ ਉੱਥੇ ਕੋਈ ਤੇਲ ਵਾਲਾ ਦੀਵਾ ਨਾ ਲਾਏ ਮੈਂ ਮੋਮਬੱਤੀਆਂ ਲਿਆਂਦੇ ਨੇ ਦੀਵੇ ਥੱਲੇ ਲਾਇਓ ਉਹਦਾ ਤੇਲ ਉਹ ਮੱਲੋ ਮੱਲੀ ਚੋ ਕੇ ਉਹ ਦੁਬਾਰਾ ਰੰਗ ਹੋ ਜਾਂਦਾ ਨਹੀਂ ਲਾਵਾਂਗੇ ਇਹ ਥੱਲੇ ਮੋਹਰੇ ਬਾਰੇ ਲਾਓ ਹਾਂ ਠੀਕ ਹੈ ਜੀ ਅਸੀਂ ਮੋਮਬੱਤੀਆਂ ਲਾ ਦਾਂਗੇ ਡੈਡੀ ਜੀ ਰਿੱਕੀ ਕੱਲ ਮੈਂ ਕੰਟੀਨ ਗਿਆ ਅੱਛਾ ਜੀ ਇੱਕ ਲੜਕਾ ਆਪਣੇ ਨਾਨਾ ਜੀ ਨਾਲ ਕੰਟੀਨ ਆਇਆ ਹੋਇਆ ਮੈਨੂੰ ਪਰੇ ਨੂੰ ਕਰਕੇ ਮੇਰੇ ਕੋਲ ਨੂੰ ਆ ਕਹਿੰਦਾ ਅੰਕਲ ਜੀ ਮਾੜਾ ਜਿਹਾ ਇੱਧਰ ਨੂੰ ਆਇਓ ਤਾਂ ਮੈਂ ਪੁੱਤਰਾ ਕੀ ਗੱਲ ਕਰਿਓ ਕਹਿੰਦਾ ਜੀ ਤੁਸੀਂ ਮੂੰਹ ਨੰਗਾ ਕਰਿਓ ਤੁਸੀਂ ਪੰਜਾਬੀ ਬਲੌਗਰ ਦੇ ਪਿਤਾ ਜੀ ਹੋ ਮੈਂ ਕਿਹਾ ਹਾਂ ਜੀ ਕਹਿੰਦਾ ਫੋਟੋ ਲੈਣੀ ਆ ਫਿਰ ਮੇਰੇ ਨਾਲ ਉਹਨੇ ਇੱਕ ਫੋਟੋ ਖਿਚਾਈ ਇੱਕ ਦੋ ਹਾਂ ਦੇਖ ਲਾ ਮੈਨੂੰ ਮੂੰਹ ਬੰਨੇ ਤੇ ਵੀ ਪਟਕੇ ਨਾਲ ਪਛਾਣ ਲਿਆ ਕਹਿੰਦਾ ਮੇਰਾ ਨਾਮ ਜੀ ਸਨੀ ਆ ਲੈ ਵੀ ਮੈਂ ਇੱਕ ਪਹਿਲਾਂ ਪੂਰਾ ਆਪਾਂ ਨੇ ਪਾਤਾ ਪਕੌੜਿਆਂ ਦਾ ਖਾਣ ਵਾਲੇ ਬੱਚੇ ਆਲੇ ਦੁਆਲੇ ਫਿਰ ਰਹੇ ਨੇ ਇਹਨੇ ਗੋਭੀ ਦੇ ਪਕੌੜੇ ਇਹਦੇ ਬਾਅਦ ਚ ਬਣਾਵਾਂਗੇ ਪਾਲਕ ਦੇ ਫਿਰ ਬਣਾਵਾਂਗੇ ਆਲੂਆਂ ਵਾਲੇ ਡਬਲ ਬ੍ਰੈਡ ਇਹ ਤਾਂ ਸਾਰੀਆਂ ਚੀਜ਼ਾਂ ਮੀ ਜੀ ਰਾਜਦੀਪ ਹੋਣੀ ਵੀ ਖਾ ਸਕਦੇ ਆ ਨਾ ਤਾਂ ਹੀ ਤਾਂ ਪੜਾਈਆਂ ਨੇ ਬੇਸਣ ਵਾਲੀਆਂ ਮਹਿਕ ਦੀਵਾਲੀ ਦਾ ਅਹਿਮਤ ਦਾ ਜਦ ਪਤਾ ਲੱਗਦਾ ਜਦ ਬੰਦਾ ਘਰੋਂ ਬਾਹਰ ਕੰਮ ਕਰਦਾ ਜਾਂ ਘਰੋਂ ਬਾਹਰ ਰਹਿੰਦਾ 1900 ਮੇਰੇ ਸਨ ਯਾਦ ਨਹੀਂ ਅਸੀਂ ਬਬੀਨੇ ਐਕਸਰਸਾਈਜ਼ ਕਰਦੇ ਸੀਗੇ ਸਾਡੇ ਲੈਟਰ ਆ ਗਿਆ ਵੀ ਦੀਵਾਲੀ ਨੂੰ ਉਹ ਬੰਦਾ ਜਾਊ ਜਿਹੜਾ ਦੂਏ ਦਿਨ ਮੁੜ ਕੇ ਆਊ ਦੁਪਹਿਰ ਤੱਕ ਮੈਂ ਤਿਆਰ ਪਿਆਰ ਤਿਆਰ ਅਫਸਰ ਨਾਲ ਗੱਲ ਕਰ ਲਈ ਉਹ ਕਹਿੰਦਾ ਸ਼ਾਮ ਨੂੰ ਤਿਆਰ ਰਹੇ ਮੈਂ ਬਿਸਤਰਾ ਬੰਨ ਕੇ ਬਬੀਨੇ ਐਕਸਰਸਾਈਜ਼ 'ਚ ਤਿਆਰ ਪਰ ਤਿਆਰ ਰਿਹਾ ਜਦ ਸਾਡੇ ਅਫਸਰ ਸਾਹਿਬਾਨ ਜੀ ਸੀ ਓ ਸਾਹਿਬਾਨ ਗਾਹਾਂ ਨੂੰ ਗਏ ਮੈਂ ਰਾਮ ਰਾਮ ਸਤਿ ਸ਼੍ਰੀ ਅਕਾਲ ਬੁਲਾਈ ਉਹ ਜਦ ਮੁੜ ਕੇ ਆਏ ਮੈਂ ਜਦ ਵੀ ਰਾਮ ਰਾਮ ਸਤਿ ਸ਼੍ਰੀ ਅਕਾਲ ਬੁਲਾਈ ਉਹ ਮੈਨੂੰ ਸਾਡਾ ਅਫਸਰ ਕਹਿੰਦਾ ਵੀ ਤੂੰ ਉਰੇ ਖੜਾ ਮੈਂ ਜੀ ਮੈਂ ਸੋਚਦਾ ਵੀ ਮੈਂ ਦੀਵਾਲੀ ਦੇਖਣੀ ਵੀ ਮੈਂ ਘਰ ਜੇ ਚਲਿਆ ਗਿਆ ਮੇਰੇ ਤੋਂ ਦੂਏ ਦਿਨ ਆਊਗਾ ਉਹ ਕਹਿੰਦਾ ਫਿਰ ਤੂੰ ਚਲਿਆ ਜਾ ਮੈਂ ਕਿਹਾ ਜੀ ਮੇਰੀ ਐਬਸੈਂਟ ਦੀ ਰਿਪੋਰਟ ਲੱਗ ਜਾਣੀ ਆ ਉਹ ਕਹਿੰਦਾ ਨਹੀਂ ਤੂੰ ਵਿਸ਼ਕਰਮਾ ਤੋਂ ਦੂਏ ਦਿਨ ਆ ਜੀ ਸ਼ਾਮ ਤੱਕ ਭਾਈ ਮੈਂ ਦੇਖ ਲਾ ਮਹਿਕ 10-12 ਕਿਲੋਮੀਟਰ ਭੁੱਜਿਆ ਹੀ ਚਲਿਆ ਗਿਆ ਚਿਤਰਾ ਮਿੱਤਰਾ ਮੇਰੇ ਡਰੈਸ ਪਾਏ ਆ ਪੈਰਾਂ ਜੰਗਲ ਸੂ ਸਿਰ 'ਤੇ ਮੇਰੇ ਪੱਗ ਬੰਨੀ ਹੋਈ ਜਦ ਮੈਂ ਬਬੀਨਿਓ ਟਿਕਟ ਲਈ ਕੁਛ ਵੀ ਨਹੀਂ ਲਿਆ ਜਦ ਟਿਕਟ ਆ ਕੇ ਲਈ ਜਦ ਹੀ ਰੇਲ ਗੱਡੀ ਆ ਗਈ ਮੈਂ ਦੇਖ ਲਾ ਇੱਕ ਦਿਨ ਦੀਵਾਲੀ ਦੇਖ ਕੇ ਦੂਏ ਦਿਨ ਮੁੜਿਆ ਜਦ ਦੂਏ ਦਿਨ ਗਿਆ ਭਾਈ ਮੈਂ ਲੇਟ ਹੋ ਗਿਆ ਮੇਰੀ ਐਬਸੈਂਟ ਦੀ ਰਿਪੋਰਟ ਦੇ ਦਿੱਤੀ ਜਿਹਦੇ ਕੋਲ ਮੈਂ ਜਾਵਾਂ ਵੀ ਸਰ ਮੈਂ ਆ ਗਿਆ ਉਹ ਕਿਹਾ ਕਰੇ ਤੇਰੀ ਐਬਸੈਂਟ ਦੀ ਰਿਪੋਰਟ ਲੱਗ ਗਈ ਭਾਈ ਅਫਸਰ ਕੋਲ ਚਲੀ ਗਈ ਜਦ ਮੈਨੂੰ ਦੂਏ ਦਿਨ ਅਫਸਰ ਮਿਲਿਆ ਮੈਂ ਜੀ ਸਤਿ ਸ਼੍ਰੀ ਅਕਾਲ ਕਹਿੰਦਾ ਸਤਿ ਸ਼੍ਰੀ ਅਕਾਲ ਕਹਿੰਦਾ ਤੇਰੀ ਤਾਂ ਐਬਸੈਂਟ ਦੀ ਰਿਪੋਰਟ ਲੱਗ ਗਈ ਸੀਗੀ ਮੈਂ ਜੀ ਮੈਂ ਤਾਹੀਓ ਨਹੀਂ ਜਾਂਦਾ ਸੀਗਾ ਜਿਹੜਾ ਇਹ ਬਬੀਨੇ ਤੋਂ ਮੈਂ ਇੱਕ ਦਿਨ ਦੀਵਾਲੀ ਦੇਖਣ ਵਾਸਤੇ ਵੀ ਆਇਆ ਆਪਾਂ ਪਿੰਡਾਂ 'ਚ ਰਹਿ ਕੇ ਘਰਾਂ 'ਚ ਰਹਿ ਕੇ ਨਹੀਂ ਪਤਾ ਲੱਗਦਾ ਵੀ ਦੀਵਾਲੀ ਕੀ ਚੀਜ਼ ਹੈ ਲਓ ਜੀ ਪਕੌੜਿਆਂ ਦਾ ਪਹਿਲਾ ਪੂਰਾ ਆਪਣਾ ਤਿਆਰ ਆ ਹਰਦੀਪ ਕੱਢਣ ਲੱਗੀ ਆ ਹੁਣ ਬਣ ਗਏ ਕੜਕ ਪਕੌੜੇ ਹਾਂਜੀ ਮੰਮੀ ਅੱਜ ਇਹਨਾਂ ਦੇ ਵਿੱਚ ਚੌਲਾਂ ਦਾ ਆਟਾ ਵਗੈਰਾ ਕੁਛ ਨਹੀਂ ਪਾਇਆ ਹੋਇਆ ਕੱਲਾ ਹੀ ਬੇਸਣ ਆ ਵੈਸੇ ਜ਼ਿਆਦਾ ਭੁੰਨ ਹੁੰਦੀ ਆ ਨਾ ਗੋਭੀ ਇਦੋਂ ਬਾਅਦ ਦੇ ਵਿੱਚ ਤੁਹਾਨੂੰ ਬ੍ਰੈਡ ਪਕੌੜੇ ਬਣਦੇ ਹੋਏ ਦਿਖਾਵਾਂਗੇ ਕਿਉਂਕਿ ਹੁਣ ਮਨਰਾਜ ਤੇ ਰਿੱਕੀ ਚੱਲਿਆ ਗੁਰਦੁਆਰਾ ਸਾਹਿਬ ਤੇ ਉਹਨਾਂ ਨੇ ਫੋਨ ਸ਼ਾਇਦ ਨਾਲ ਲੈ ਕੇ ਜਾਣਾ ਹੁਣ ਉਨੀ ਦੇਰ ਆਪਾਂ ਪਕੌੜੇ ਬਣਾ ਲੈਣੇ ਹਾਂਜੀ ਉਦੋਂ ਤੱਕ ਅਸੀਂ ਪਕੌੜੇ ਬਣਾ ਲਾਂਗੇ ਜਦੋਂ ਤੱਕ ਇਹਨਾਂ ਨੇ ਵਾਪਸ ਆਉਣਾ ਤੇ ਫਿਰ ਤੁਹਾਨੂੰ ਬ੍ਰੈਡ ਪਕੌੜਿਆਂ ਦੀ ਜਿਹੜੀ ਰੈਸਪੀ ਆ ਉਹ ਦਿਖਾਵਾਂਗੇ Let's go.
रिक्की ते मनराज हो गए जी लेट वापस आउंदिया गुरुद्वारा साहब तो इन्हां दे आउंदिया नूं ब्रैड भी हुण तैयार हो गया एक दो ही रहिंदे होणगे शायद मम्मी एक दो रह गए नहीं ब्रैड सारे तैयार हो गए मैं पालक वाले पकौड़े बनाउण लगी हां अच्छा ठीक है जी दसो राजदीप मनराज किदां लगे राजदीप तां फेर उंगलां ही जट रहा डैडी जी तुहानू किदां लगे जी उतरा बहुत स्वाद लाजवाब गोभी घर दी पालक घर दी सरों दा तेल घर दा ਬੜੀ ਖੁਸ਼ੀ ਦੀ ਗੱਲ ਆ ਵੀ ਚੁੱਲ੍ਹੇ ਤੇ ਬਣਾ ਬੰਦੇ ਵੀ ਕਰਦੇ ਹਾਂ ਖਾਣ ਵਾਲੇ ਵੀ ਕਰਦੇ ਚਾਚਾ ਜੀ ਤੁਸੀਂ ਤਾਂ ਪਕੌੜੇ ਪਹਿਲਾਂ ਖਾ ਲਏ ਸੀ ਮਨਰਾਜ ਹੋਣਾ ਦੇ ਆਉਣ ਤੋਂ ਤੁਹਾਨੂੰ ਕਿੱਦਾਂ ਲੱਗੇ ਜੀ ਬਹੁਤ ਸਵਾਦ ਲੱਗੇ ਵੀਰ ਜੀ ਨੂੰ ਥੋੜਾ ਜਿਹਾ ਉਹ ਲੱਗਦੇ ਨੇ ਲੂਣ ਮਿਰਚ ਘੱਟ ਵੀਰ ਜੀ ਦੀ ਸਲਾਹ ਦੀ ਵੀ ਅੱਜ ਪੰਮੇ ਦੇ ਤਾਂ ਬਹੁਤ ਵਧੀਆ ਲੱਗਣੇ ਸੀ ਚਾਚਾ ਜੀ ਤੁਹਾਡੀ ਸਲਾਹ ਨਹੀਂ ਸੀਗੀ ਕਹਿ ਤਾਂ ਤੁਸੀਂ ਰਹੇ ਸੀਗੇ ਨਹੀਂ ਨਹੀਂ ਮੈਂ ਕਹਿੰਦਾ ਚਾਚਾ ਜੀ ਰਹੇ ਸੀ पर मैं ऐदा ही देखती सी पानी ला के वटदे होंगे सारे घर मेरी दादी जी।